ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਹਾਨੂੰ ਪਤਾ ਹੀ ਹੈ ਜੀ, ਰਿਚ ਵਿਰਸਾ ਡਾਂਸ ਐਂਡ ਭੰਗੜਾ ਅਕੈਡਮੀ ਅਤੇ ਜੀ ਐੱਸ ਹੀਰ ਮੈਲਬਨ ਅਕੈਡਮੀ ਤੋਂ ਅੱਜ ਸਾਡੀ ਵਰਕਸ਼ਾਪ ਸੀਗੀ ਜੀ, ਜਿਹੜੀ ਫ੍ਰੀ ਵਰਕਸ਼ਾਪ ਚੱਲ ਰਹੀ ਹੈ ਸਪ੍ਰਿੰਗਵੁੱਡ ਸਟੇਟ ਸਕੂਲ 'ਚ। ਸੋ ਬਹੁਤ ਪਰਮਾਂਗਾਰਾ ਮਿਲਿਆ ਜੀ, ਬਹੁਤ ਪੇਰੈਂਟਸ ਅਤੇ ਬੱਚੇ ਆਪਣੀ ਫੈਮਿਲੀਜ਼ ਦੇ ਨਾਲ ਇੱਥੇ ਆਏ ਨੇ। ਸੋ ਆ ਜਾਓ ਜੀ, ਤੁਹਾਨੂੰ ਮਿਲਾਉਂਦੇ ਹਾਂ ਸਾਰਿਆਂ ਨਾਲ ਅਤੇ ਦਿਖਾਉਂਦੇ ਹਾਂ ਵਰਕਸ਼ਾਪ ਦੇ ਕੁਝ ਰੰਗ। ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮਿਲ ਜੁਲ ਕੇ ਅੱਜ ਦੀ ਇਸ ਭੰਗੜਾ ਵਰਕਸ਼ਾਪ ਨੂੰ ਆਰਗੇਨਾਈਜ਼ ਕੀਤਾ। So I thank you to everyone for coming here, especially the parents for bringing their kids here. So an overview of the workshop. First we're going to teach you the steps and you guys can learn, and after that we can make the videos together however you want to. ਤੇ ਅੱਜ ਦੀ ਇੱਕ ਹੋਰ ਬਹੁਤ ਵਧੀਆ ਗੱਲ ਕੀ, ਅੱਜ ਵਿਸਾਖੀ ਆ। ਸੋ ਸਾਡੇ ਸਾਰਿਆਂ ਵੱਲੋਂ ਤੁਹਾਡੇ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹਾਂਜੀ ਜ਼ਰੂਰ। 1699 ਦੇ ਵਿੱਚ 13 ਅਪ੍ਰੈਲ ਅਨੰਦਪੁਰ ਸਾਹਿਬ ਦੇ ਵਿੱਚ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੂੰ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। Okay, so I'm going to do this one, 8, then I will say this, 9, 10. You can now? No. Bolo yaro. 9, 10. Okay, bolo yaro. 9, 10. Okay, 8 and 9, 10. 3, 2, 1, go. 1, 2, 3, 4, 5, 6, 7.
ਜਿਵੇਂ ਕਿ ਤੁਹਾਨੂੰ ਹੈਰੀ ਵੀਰ ਜੀ ਨੇ ਦੱਸਿਆ ਜੀ ਕਿ ਵਰਕਸ਼ਾਪ ਬਹੁਤ ਵਧੀਆ ਚੱਲ ਰਹੀ ਹੈ, ਤਾਂ ਰਿਚ ਵਿਰਸਾ ਭੰਗੜਾ ਅਕੈਡਮੀ ਦੀ ਸਾਰੀ ਟੀਮ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੇ ਮੌਕੇ 'ਤੇ ਜੀ ਲੱਖ ਲੱਖ ਵਧਾਈਆਂ। ਅਤੇ ਜੇ ਤੁਸੀਂ ਵੀ ਭੰਗੜਾ ਸਿੱਖਣਾ ਚਾਹੁੰਦੇ ਹੋ, ਬ੍ਰਿਸਬੇਨ ਦਾ ਅਰਾਊਂਡ ਕਿਤੇ ਵੀ ਸਿੱਖਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਕੋਲ ਸਪ੍ਰਿੰਗਵੁੱਡ, ਅਕੈਸ਼ੀਆ ਰਿਜ, ਨੌਰਥ ਲੇਕਸ, ਮੈਂਗੋ ਹਿਲਸ, ਗ੍ਰਿਫਿਨ ਅਤੇ ਵੱਖ ਵੱਖ ਏਰੀਆਜ਼ ਦੇ ਵਿੱਚ ਸਾਡੀਆਂ ਕਲਾਸਾਂ ਚੱਲਦੀਆਂ ਜੀ। ਅਤੇ ਸਾਡਾ ਨੰਬਰ ਸਕਰੀਨ 'ਤੇ ਜੀ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਆ ਜਾਓ ਜੀ, ਹੁਣ ਤੁਹਾਨੂੰ ਦਿਖਾਉਂਦੇ ਆਪਣੀ ਵਰਕਸ਼ਾਪ ਦੇ ਵਿਸਾਖੀ ਦੇ ਰੰਗ ਤੇ ਰੌਣਕ ਮੇਲਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ੇਰ ਸਿੰਘ ਹੀਰ, ਯਾਨੀ ਜੀ ਐੱਸ ਹੀਰ। ਸੋ ਅੱਜ ਸਬੱਬ ਬਣਿਆ ਜੀ ਬ੍ਰਿਸਬੇਨ 'ਚ ਆਉਣ ਦਾ, ਤੁਸੀਂ ਦੇਖ ਰਹੇ ਹੋ 7 Seas TV। ਸੋ ਸਾਡੇ ਨਾਲ ਰਿਚ ਵਿਰਸਾ ਤੋਂ ਟੀਮ, ਹੈਰੀ ਭਾਅ ਜੀ ਅਤੇ ਅਮਨ ਭਾਅ ਜੀ, ਅਤੇ ਅਸੀਂ ਗੁਰਸ਼ੇਰ ਸਿੰਘ ਹੀਰ, ਜੈਸਮਨ ਕੌਰ ਅਤੇ ਐਸ਼ਵਨ ਸਿੰਘ। ਸੋ ਅੱਜ ਅਸੀਂ ਆਏ ਹਾਂ ਜੀ ਬ੍ਰਿਸਬੇਨ ਦੇ ਵਿੱਚ ਵਰਕਸ਼ਾਪ ਲਾਉਣ। ਬਹੁਤ ਹੀ ਸੋਹਣਾ ਮਾਹੌਲ ਬਣਿਆ। ਸੋ ਹੁਣ ਵਰਕਸ਼ਾਪ ਐਂਡ ਹੋ ਚੁੱਕੀ ਹੈ, ਸਾਰੀ ਟੀਮ ਨੇ ਬਹੁਤ ਵਧੀਆ ਪਰਫੋਰਮ ਕੀਤਾ ਹੈ, ਅਤੇ ਈਵਨ ਕਿ ਬ੍ਰਿਸਬੇਨ ਦੀ ਆਡੀਅੰਸ ਨੇ ਬਹੁਤ ਸਾਥ ਦਿੱਤਾ। ਸੋ ਅਸੀਂ ਇਸ ਵਰਕਸ਼ਾਪ ਦਾ ਮੇਨ ਕਾਰਨ ਸੀਗਾ ਕਿ ਅਸੀਂ ਸਾਰੇ ਪੰਜਾਬੀਆਂ ਨੂੰ, ਬੱਚਿਆਂ ਨੂੰ ਫਿਟਨੈਸ ਦੇ ਨਾਲ ਅਤੇ ਹੈਲਥ ਦੇ ਨਾਲ ਆਪਾਂ ਜੋੜੀਏ। ਸੋ ਸਾਡੀ ਮੇਨ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਸਾਰੇ ਹੈਲਥੀ ਖਾਣ, ਬੱਚੇ ਸਾਰੇ ਜੁੜਨ, ਪੰਜਾਬੀ ਨਾਲ ਜੁੜਨ, ਪੰਜਾਬੀ ਬੋਲਣ, ਅਤੇ ਭੰਗੜੇ ਨਾਲ ਹਮੇਸ਼ਾ ਜੋ ਭਾਅ ਜੀ ਸੇਵਾ ਨਿਭਾ ਰਹੇ ਨੇ। ਬਹੁਤ ਸੋਹਣਾ ਭਾਅ ਜੀ, ਤੁਸੀਂ ਸਾਡਾ ਵੈਲਕਮ ਵੀ ਕੀਤਾ, ਅਤੇ ਅਸੀਂ ਧੰਨ ਭਾਗ ਸੱਜ ਗਏ ਸੀ ਤੁਸੀਂ ਸਾਨੂੰ ਬੁਲਾਇਆ, ਅਤੇ ਅਸੀਂ ਆਏ ਹਾਂ ਜੀ। ਹੋਰ ਭਾਅ ਜੀ ਦੋ ਸ਼ਬਦ। ਹਾਂਜੀ, ਨਹੀਂ ਥੈਂਕ ਯੂ ਤੁਹਾਡਾ ਵੀਰੇ, ਤੁਸੀਂ ਇੰਨੀ ਦੂਰੋਂ ਚੱਲ ਕੇ ਇੰਨੇ ਮਾਣ ਸਤਿਕਾਰ ਪਿਆਰ ਨਾਲ ਸਾਡੇ ਕੋਲ ਆਏ ਹੋ, ਇੱਥੇ ਇੰਨੀਆਂ ਰੌਣਕਾਂ ਲਾਈਆਂ ਤੁਸੀਂ, ਅਤੇ ਮੈਂ ਕਹਿੰਦਾ ਵੀ ਵਰਕਸ਼ਾਪ ਵਾਲਾ ਜਿਵੇਂ ਪੰਜਾਬੀ 'ਚ ਕਹਿੰਦੇ ਵੀ ਸਿਰਾ ਹੋ ਗਿਆ। ਬਹੁਤ ਵਧੀਆ, ਬਹੁਤ ਹੀ ਵਧੀਆ, ਬਹੁਤ ਹੀ ਸੋਹਣਾ। ਆਪਾਂ 2 ਘੰਟੇ ਵਾਸਤੇ ਵਰਕਸ਼ਾਪ ਔਰਗਨਾਈਜ਼ ਕੀਤੀ ਸੀ, ਪਰ ਆਈ ਥਿੰਕ ਆਲਮੋਸਟ 3.5 ਘੰਟੇ ਹੋ ਗਏ ਜੀ, ਅਤੇ ਇਸ ਕਰਕੇ ਓਬਵੀਅਸਲੀ ਬਹੁਤ ਸੋਹਣਾ, ਪੋਜ਼ਿਟਿਵ, ਬਹੁਤ ਸੋਹਣਾ ਇੱਕ ਮਾਹੌਲ ਬਣਿਆ। ਸੋ ਅਸੀਂ ਥੈਂਕਸ ਕਰਦੇ ਹਾਂ ਜੀ ਐੱਸ ਹੀਰ ਅਕੈਡਮੀ ਦਾ ਅਤੇ ਸਾਰੇ ਜਿੰਨੇ ਵੀ ਟੀਮ ਦੇ ਮੈਂਬਰ ਆਏ ਨੇ ਨਾਲ ਜੀ। ਸੋ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ। ਪਰਮਾਤਮਾ ਇੱਦਾਂ ਹੀ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ ਸਾਡੇ ਵੀਰਾਂ ਨੂੰ ਜੀ। ਥੈਂਕ ਯੂ ਜੀ, ਰਿਚ ਵਿਰਸਾ ਡਾਂਸ ਐਂਡ ਭੰਗੜਾ ਅਕੈਡਮੀ ਵੱਲੋਂ ਬਹੁਤ ਬਹੁਤ ਧੰਨਵਾਦ ਵੀਰੇ ਉਹਨਾਂ ਦਾ। ਅਮਨ, ਸੋ ਜਿਵੇਂ ਹੈਰੀ ਵੀਰ ਜੀ ਨੇ ਕਿਹਾ ਜੀ ਕਿ ਅਸੀਂ ਬਹੁਤ ਧੰਨ ਭਾਗੀ ਹਾਂ ਕਿ ਸਾਡੇ ਇੱਦਾਂ ਦੇ ਮਿੱਤਰ ਆ ਜਿਹੜੇ ਸੇਵਾ ਕਰਦੇ ਪਏ ਜੀ ਭੰਗੜੇ ਦੀ, ਅਤੇ ਉਹ ਇੱਥੇ ਸਾਡੇ ਵਿਹੜੇ ਆਏ। ਬ੍ਰਿਸਬੇਨ ਦੇ ਵਿੱਚ ਵੀ ਰੌਣਕਾਂ ਲੱਗੀਆਂ, ਵਿਸਾਖੀ ਵਾਲੇ ਦਿਨ ਰੌਣਕਾਂ ਲੱਗੀਆਂ। ਸੋ ਥੈਂਕ ਯੂ ਸੋ ਮੱਚ ਜੀ ਐੱਸ ਹੀਰ ਭਾਅ ਜੀ ਫੋਰ ਕਮਿੰਗ ਹੇਅਰ, ਐਂਡ ਹੈਪੀ ਵਿਸਾਖੀ ਟੂ ਐਵਰੀ ਵਨ। ਮੈਂ ਬਸ ਕਹਿਣਾ ਚਾਹੁੰਦਾ ਕਿ ਤੁਹਾਡੀ ਸਾਰਿਆਂ ਦੀ ਸਪੋਰਟ ਅਤੇ ਲਵ ਕਰਕੇ ਅਸੀਂ ਇੱਥੇ ਆਏ ਹਾਂ ਅੱਜ, ਅਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕ ਯੂ ਕਰ ਦਾਂਗਾ, ਅਤੇ ਸਾਰਿਆਂ ਨੂੰ ਹੈਪੀ ਵਿਸਾਖੀ ਮੇਰੇ ਵੱਲੋਂ। ਸਾਨੂੰ ਇੱਥੇ ਬ੍ਰਿਸਬੇਨ ਆ ਕੇ ਬਹੁਤ ਵਧੀਆ ਲੱਗਿਆ, ਜਿੰਨਾ ਅਸੀਂ ਐਕਸਪੈਕਟ ਕੀਤਾ ਸੀ ਉਹਦੇ ਨਾਲ ਡੁੱਗਣਾ, ਸਾਨੂੰ ਪਿਆਰ ਮਿਲਿਆ ਅਤੇ ਸਾਨੂੰ ਬਹੁਤ ਮਜ਼ਾ ਆਇਆ। ਇੱਥੇ ਬ੍ਰਿਸਬੇਨ ਦੀ ਆਡੀਅੰਸ ਬਹੁਤ ਜ਼ਿਆਦਾ ਵਧੀਆ ਸੀਗੀ, ਅਤੇ ਥੈਂਕ ਯੂ ਸਾਰਿਆਂ ਨੂੰ। ਹੈਪੀ ਵਿਸਾਖੀ। 7 Seas TV ਹੈਪੀ ਵਿਸਾਖੀ ਜੀ।